शाहरुख खान ਦੇ ਨਾਲ ਅਮਰੀਕਾ ਚ ਹਾਦਸਾ ਹਫੜਾ ਦਫੜੀ ਚ ਪਹੁੰਚਿਆ ਹਸਪਤਾਲ ਬਾਲੀਵੁੱਡ ਦੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਇਸ ਇੱਕ ਹਾਦਸੇ ਦੇ ਸ਼ਿਕਾਰ ਹੋ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੇ ਨਾਲ ਇਹ ਹਾਦਸਾ ਅਮਰੀਕਾ ਦੇ ਵਿੱਚ ਵਾਪਰਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਖਬਰਾਂ ਦੇ ਮੁਤਾਬਿਕ ਹਾਲ ਹੀ ਦੇ ਵਿੱਚ ਸ਼ਾਹਰੁਖ ਖਾਨ ਸ਼ੂਟ ਦੇ ਲਈ ਅਮਰੀਕਾ ਰਵਾਨਾ ਹੋਏ ਕਿੰਗ ਖਾਨ ਅਮਰੀਕਾ ਦੇ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ ਉਦੋਂ ਤੋਂ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੀ ਨੱਕ ਤੇ ਸੱਟ ਲੱਗੀ ਹੈ ਮੌਜੂਦਾ ਟੀਮ ਸ਼ਾਹਰੁਖ ਖਾਨ ਨੂੰ ਤੁਰੰਤ ਹਸਪਤਾਲ ਲੈ ਗਈ ਜਿੱਥੇ ਡਾਕਟਰ ਨੇ ਟੀਮ ਨੂੰ ਕਿਹਾ ਕਿ ਚਿੰਤਾ ਦੀ ਗੱਲ ਕੋਈ ਨਹੀਂ ਹੈ ਪਰ ਨੱਕ ਦੇ ਵਿੱਚ ਖੂਨ ਵਗਣ ਤੇ ਰੋਕਣ ਦੇ ਉੱਤੇ ਉਹਨਾਂ ਦੀ ਛੋਟੀ ਜਹੀ ਸਰਜਰੀ ਕੀਤੀ ਗਈ ਹੈ ਜਦੋਂ ਸ਼ਾਹਰੁਖ ਖਾਨ ਸਰਜਰੀ ਤੋਂ ਬਾਅਦ ਬਾਹਰ ਆਏ ਤਾਂ ਉਹਨਾਂ ਦੀ ਨੱਕ ਤੇ ਪੱਟੀ ਬੰਨੀ ਹੋਈ ਸੀ ਹੁਣ ਸ਼ਾਹਰੁਖ ਖਾਨ ਭਾਰਤ ਪਰਤ ਆਏ ਹਨ ਗੱਲ ਕਰਾਂਗੇ ਅਗਲੀ ਖਬਰ ਬਾਰੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇੰਡਸਟਰੀ ਦੇ ਸਭ ਤੋਂ ਰੁੱਝੇ ਅਤੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ ਹਨ ਜੋ ਕਰੋੜਾਂ ਦੀ ਜਾਇਦਾਦ ਦੇ ਮਾਲਕ ਵੀ ਹਨ ਇਸੇ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਅਜੇ ਦੇਵਗਨ ਦੇ ਹਾਲ ਹੀ ਦੇ ਵਿੱਚ ਮੁੰਬਈ ਦੇ ਅੰਧੇਰੀ ਵੈਸਟ ਇਲਾਕੇ 'ਚ ਇੱਕ ਨਵਾਂ ਆਫਿਸ ਸਪੇਸ ਖਰੀਦਿਆ ਹੈ ਜਿਸ ਦੀ ਕੀਮਤ 45 ਕਰੋੜ ਰੁਪਈਏ ਦੱਸੀ ਜਾਂਦੀ ਹੈ ਗੱਲ ਕਰਾਂਗੇ ਅਗਲੀ ਖਬਰ ਬਾਰੇ रणबीर आलिया प्यार दिया खतरा बदलेंगे परिवार रॉकी और रानी की प्रेम कहानी का ट्रेलर होया रिलीज आलिया भट्ट ते रणबीर सिंह दी फिल्म रॉकी और रानी की प्रेम कहानी का ट्रेलर होया रिलीज फिल्म का निर्देशन करण जौहर ने किया है फिल्म दे विच आलिया भट्ट अते रणबीर सिंह तो इलावा शबाना आजमी धर्मिंदर अते जया बच्चन भी नजर आएंगे फिल्म की कहानी रॉकी यानी कि रणबीर सिंह रानी यानी कि आलिया भट्ट की है दोवें प्यार करते हैं पर दोवां दी परिवार बिल्कुल वक्रे हैं गल करांगे अगली खबर बारे